ਸਿੰਘ ਚੜ੍ਹੀ ਆਇਆ ਵਾ।
या दो बड़े छोटे छोटे मेरे एक हमसा थी जो मेरे सामने आम पेटी बोर तो बाद सामने मिल गया सी ਉਹਦਾ ਛੋਟੇ ਛੋਟੇ ਹੁੰਦੇ ਹੀ ਪਤਾ ਨਹੀਂ ਸੀ ਲੱਗਦਾ ਕਿ ਜਾਗੋ ਹੈ ਕੀ ਚੀਜ਼ ਆ ਕਿਉਂਕਿ ਗਾਂ ਤੇ ਸੁਣੀਦਾ ਸੀ ਜੱਟਾ ਜਾਗਾ ਵੀ ਜਾਗੋ ਆਈ ਉਹ ਤੇ ਮੇਰੇ ਕੋ ਚੱਕ ਹੀ ਚੱਕ ਕੇ ਕਹਿ ਦਿੰਦੇ ਉਹ ਲਾ ਕੇ ਡੱਬੀਆਂ ਦੇ ਉਹ ਲੈ ਕੇ ਦਿੰਦੇ ਸੀ ਅੱਜ ਕੀ ਰੱਬ ਦਾ ਚੰਗਾ ਅੱਜ ਕੱਲ੍ਹ ਦਾ ਜਾਗੋ ਦੇ ਤੁਰ ਚੱਲਦੇ ਔਰ ਕਿਉਂਕਿ ਉਹ ਜਾਗੋ ਤੇ ਡਿਫਰੈਂਟ ਹੈ ਇਹ ਜਾਗੋ ਦਾ ਪਤਾ ਨਹੀਂ ਸੀ ਲੱਗਦਾ ਕਿ ਜਾਗੋ ਹੈ ਕੀ ਆ ਹੁਣ ਪਤਾ ਲੱਗਿਆ ਕਿ ਜਾਗੋ ਕੀ ਹੈ ਜਾਗੋ ਇੱਕ ਇਨਸਾਫ ਦਾ ਨਾਮ ਹੈ ਜਾਗੋ ਇੱਕ ਆਪਣੇ ਹੱਕ ਜਦੋਂ ਸਰਕਾਰਾਂ ਬੋਲੀਆਂ ਹੋ ਜਾਣ ਅੰਨੀਆਂ ਹੋ ਜਾਣ ਔਰ ਉਸ ਵੇਲੇ ਮਹਾਰਾਜ ਕਹਿੰਦੇ ਨੇ ਕਿ ਜੇ ਜ਼ੁਲਮ ਕਰਨਾ ਪਾਵੇ ਜ਼ੁਲਮ ਸਹਿਣਾ ਵੀ ਪਾਵੇ ਫਿਰ ਆਪਣੇ ਤਰੀਕੇ ਨਾਲ ਆਪਣੇ ਹੱਕ ਲੈਣੇ ਔਰ ਉਸ ਇਨਸਾਫ ਨੂੰ ਜਾਗੋ ਕਹਿੰਦੇ ਨੇ ਅੱਜ ਪਤਾ ਲੱਗਿਆ ਕਿ ਜਾਗੋ ਕੀ ਆ ਜਿਹੜਾ ਸਮਾਗਮ ਹੈ ਜਦੋਂ ਅਸੀਂ ਇੱਥੇ ਆਏ ਤਾਂ ਗੁਰੂ ਜੀ ਕਹਿੰਦੇ ਕਿ ਅਸੀਂ ਸਾਰੀਆਂ ਕਮਿਊਨਿਟੀਜ਼ ਨੂੰ ਇੱਥੇ ਇਨਵਾਈਟ ਕੀਤਾ ਹੈ ਕੁਛ ਮੇਰੇ ਵੀਰ ਇੱਥੇ ਗੈਰ ਧਰਮ ਦੇ ਬੈਠੇ ਹੋਏ ਅਸੀਂ ਸਾਰਿਆਂ ਨੂੰ ਜਾਇਆ ਆਪਣੇ ਸਤਿਕਾਰ ਕਰਦੇ ਹਾਂ ਔਰ ਕੁਛ ਇਹਦੇ ਵਿੱਚ ਲਫ਼ਜ਼ ਸੀਗੇ ਹੋ ਸਕਦਾ ਹੈ ਮਾਫ਼ੀ ਚਾਹੁੰਦੇ ਜੇ ਕਿਸੇ ਨੂੰ ਬੁਰੇ ਲੱਗੇ ਪਰ ਸਿੱਖ ਕਦੇ ਪਹਿਲਾ ਵਾਰ ਨਹੀਂ ਕਰਦਾ ਗੋਬਿੰਦ ਰਾਮ ਦਾ ਜ਼ਿਕਰ ਆਇਆ ਉਹ ਪਾਪੀ ਦੁਸ਼ਟ ਆਖਦਾ ਵਾਸੀ ਕਹਿੰਦਾ ਕਿ ਸਿੱਖ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਣਗੇ ਗੋਬਿੰਦ ਰਾਮ ਨੂੰ ਚੇਤੇ ਰੱਖਣਗੇ ਔਰ ਆਪਣਾ ਮਾਫ ਕਰਨਾ ਆਪਣਾ ਪਿਸ਼ਾਬ ਵੀ ਸਿੰਘਾਂ ਉੱਠਾ ਉਹ ਆਪ ਕਹਿੰਦਾ ਸੀ ਇਹੀ ਆਪਣੇ ਲਈ ਆ ਕੇ ਫਿਰ ਜਾ ਕੇ ਗੱਡੀ ਛਾੜਿਆ ਆਪ ਤੇ ਮਰਿਆ ਨਾਲ ਕੋਲ ਇੱਕ ਪੁੱਤ ਸੀ ਉਹ ਵੀ ਲੈ ਗਿਆ ਜਿਹੜਾ ਲੋਕਾਂ ਨੇ ਮਾਰਦਾ ਸੀ ਫਿਰ 25 ਫੁੱਟ ਉੱਚਾ ਉਹਦੀ ਕੁਰਸੀ ਦੇ ਥੱਲੇ ਪੱਪਰ ਰੱਖ ਕੇ ਉਡਾਇਆ ਹੋਰ ਅਨੇਕਾਂ ਸਿੰਘਾਂ ਨੇ ਗੱਡੀ ਛਾੜੇ ਔਰ ਖਾਲਸਾ ਜੀ ਸਿੰਘਾਂ ਨੇ ਕਦੇ ਕਿਸੇ ਬੇਦੋਸ਼ੀ ਨੂੰ ਨਹੀਂ ਮਾਰਿਆ ਔਰ ਕਦੇ ਕਿਸੇ ਬੇਕਸੂਰੇ ਨੂੰ ਨਹੀਂ ਮਾਰਿਆ ਔਰ ਜਿੱਥੇ ਜਾਗੋ ਨੇ ਸਿੰਘਾਂ ਦੇ ਬਦਲੇ ਲੈ ਉੱਥੇ ਹਿੰਦੂ ਮੁਸਲਿਮ ਸਿੱਖ ਸਾਰੇ ਜੁੜਦੇ ਵੀ ਧੱਕਾ ਹੁੰਦਾ ਸੀ ਔਰ ਅੱਜ ਆਪਾਂ ਦੇਖੀਏ ਕਿ ਉਹ ਟਾਈਮ ਚੰਗਾ ਸੀ ਅੱਜ ਦਾ ਟਾਈਮ ਚੰਗਾ ਮਾੜਾ ਜਿਹਾ ਝਾਕੀ ਮਾਰ ਕੇ 11 ਵਜੇ ਬਰਾਬਰ ਦੇ ਵਿੱਚ ਆਉਂਦੇ ਹੁੰਦੇ ਸੀ ਔਰ ਉਸ ਵੇਲੇ ਰਾਖੀ ਕੀਤੀ ਵਸਾਈਆਂ ਔਰ ਜੇ ਕਿਸੇ ਹਿੰਦੂ ਦੀ ਬੇਟੀ ਦਾ ਇਹਦੇ ਨਾਲ ਜਵਾਬ
पहला मोटरसाइकिल का था, फिर मम्मी की मांग होगी और प्रभात दरबार से पहुंच गया संत को लंगर हाथ में लेकर नवाब सभा से पहुंच गया जाके और मिली प्रभात नहीं हो गया मेरे बाबा जी बच्चियों ब्याह सी बेतो बाद अपने पहुंच तो बाद खर्चा किया सी पर आज आज को बच्ची भी रो रही सी नाल आई कहते जी सोरा प्रभात पड़ा लग कर रहा है संत ने ड्रेस पूछा फिर उसके दसना थोड़ी नहीं कर सकते जाओ सिंह चढ़ गए लो देखो ਮੂਕਰ ਪਰਦੇਸ ਕੀਓ
ਬੜੇ ਵਧੀਆ ਹਾਲਾਤ ਸਨ। ਹਰ ਸਾਲੀ ਤੁਸੀਂ ਸਾਰੇ ਮੀਡੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸੁਣਿਆ ਕਿ ਸ਼ਸ਼ੀ ਕਾਂਤ ਇੱਕ ਸਨਾਤਨੀ ਵੀਰ ਹੈ, ਸ਼ਸ਼ੀ ਕਾਂਤ, ਔਰ ਉਸ ਬੰਦੇ ਨੇ ਸੱਚ ਬੋਲਿਆ। ਉਹ ਕਹਿੰਦਾ ਕਿ ਜਦੋਂ ਕਹਿੰਦਾ ਖਾਂਡੂਵਾਲ ਸੀ, ਬਾਬਾ ਜਰਨੈਲ ਸਿੰਘ ਜਿਉਂਦਾ ਸੀ, ਕਹਿੰਦਾ ਉਹ ਨਸ਼ਾ ਵੀ ਪੀਆ, ਸਿੰਘਾਂ ਨੇ ਨਸ਼ਾ ਨਹੀਂ ਕੱਢਣ ਦਿੱਤਾ। ਔਰ ਖਾਲਸਾ ਦੀ ਦੂਜੀ ਗੱਲ, ਕਿਤੇ ਪੰਜ ਸਾਲ ਦੀ, ਕਿਤੇ ਸੱਤ ਸਾਲ ਦੀ, ਕਿਤੇ ਗਿਆਰਾਂ ਸਾਲ ਦੀ ਬੱਚੀ ਦਾ ਕੋਈ ਬਰਾਬਰਾ ਨਹੀਂ ਸੀ ਹੋਇਆ। ਅੱਜ ਕਿਹਦੀ ਨਜ਼ਰ ਕਰਦੀ ਉਸ ਪੰਜਾਬ ਨੂੰ, ਪੰਜ ਪੰਜ ਸਾਲ ਦੀਆਂ ਬੱਚੀਆਂ ਦੀ ਬਰਾਬਰਾ ਹੁੰਦੇ ਨੇ, ਔਰ ਦੋਸ਼ੀ ਖੁੱਲ੍ਹੇਆਮ ਕਰਦੇ ਨੇ, ਮਹੀਨਾ ਜੇਲ੍ਹ ਰਹਿੰਦੇ ਨੇ, ਫਿਰ ਆਜ਼ਾਦ ਹੋ ਜਾਂਦੇ ਨੇ। ਖਾਲਸਾ ਜੀ ਕਾਸ਼ ਬਾਬਾ ਜਰਨੈਲ ਸਿੰਘ ਦਾ ਜਿਹੜਾ ਮੰਡੀ ਦੇ ਬੱਚੇ ਬਰਾਬਰ ਨਾ ਹੁੰਦੇ, ਇੱਦਾਂ ਸਾਡੇ ਗੁਰੂ ਦੀ ਬੇਅਦਬੀ ਨਾ ਹੁੰਦੀ। ਪਤਾ ਹੈ ਕਿ ਜੇ ਕੋਈ ਇੱਦਾਂ ਦਾ ਕੰਮ ਹੁੰਦਾ ਸੀ, ਅਗਲਾ ਤਾਂ 12 ਘੰਟੇ ਦੇ ਵਿੱਚ 24 ਘੰਟਿਆਂ ਦੇ ਵਿੱਚ ਉਹਦਾ ਮੁਜ਼ੀਕ ਮਸ਼ਹੂਰਾ ਪੜਿਆ ਜਾਂਦਾ ਸੀ। ਔਰ ਅੱਜ ਨਸ਼ਾ ਨਾ ਨਾ ਹੁੰਦਾ ਪੰਜਾਬ ਦੇ ਵਿੱਚ, ਉਸ ਵੇਲੇ ਕੋਈ ਜਿੰਨਾ ਕੋਈ ਸਮੈਕ ਨਹੀਂ ਸੀ, ਉਸ ਵੇਲੇ ਸਾਡੇ ਨੌਜਵਾਨ ਇਸ ਤਰ੍ਹਾਂ ਨਸ਼ੇ ਦੇ ਵਿੱਚ ਨਹੀਂ ਮੰਨਦੇ ਸਨ। ਤਾਂ ਕਰਕੇ ਇਹ ਕਰਤਾ ਬੋਲੀ ਹੈ, ਤਾਂ ਕਰਕੇ ਇਹੋ ਜਿਹਾ ਪ੍ਰਚਾਰ ਕਰਨਾ ਪੈਂਦਾ ਕਿ ਕਾਸ਼ ਕਿ ਜਿਹੜਾ ਹੁੰਦਾ ਉਹ ਸਮਾਂ ਚੰਗਾ ਸੀ। ਔਰ ਅਖੀਰ ਦੇ ਵਿੱਚ ਮਾਫ਼ੀ ਚਾਹੁੰਦੇ ਹਾਂ, ਕਿਸੇ ਗਰੀਬ ਭੈਣ ਦੇ ਸੀਨੇ ਦੇ ਕੋਈ ਕਬਰ, ਕਿਸੇ ਨੂੰ ਕੋਈ ਸਾਡਾ ਬੱਚੇ ਨਾਮਾ ਲਿਆ ਹੋਵੇ, ਔਰ ਕਿਸੇ ਨੂੰ ਕੋਈ ਬਿੱਟ ਹੋਇਆ ਹੋਵੇ, ਅਸੀਂ ਮਾਫ਼ੀ ਮੰਗਦੇ ਹਾਂ। ਔਰ ਸੰਗਤ ਬਖਸ਼ਣ ਯੋਗ ਹੈ, ਸੋ ਇੱਥੇ ਹੀ ਸਮਾਪਤੀ ਕਰਦੇ ਹਾਂ। ਆਓ ਸਾਡੀ ਇਹ ਆਪਣੀ ਬਹੁਤ ਹਾਸੀ ਜੋ ਆ ਗਿਆ ਅਖੀਰ ਦੇ ਵਿੱਚ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।